ਆਪਣੇ ਕੋਲ ਗੁਣ ਨਹੀਂ ਹੈਗਾ ਕੋਈ, ਹੈ ਨਾ, ਜੇ ਅਵਗੁਣ ਹੀ ਹੈਗੇ ਭਰੇ ਹੋਏ, ਅਤੇ ਮਹਾਰਾਜ ਨੇ ਇੱਕ ਗੁਣ ਬਖਸ਼ਿਆ, ਉਹਨੂੰ ਆਪਾਂ ਸਾਂਭ ਕੇ ਰੱਖਿਆ। ਅੰਮ੍ਰਿਤ ਵੀ ਮੈਂ ਇਕੱਲੀ ਨੇ ਅਤੇ ਦਾਦੀ ਜੀ ਨੇ ਛਕਿਆ ਹੋਇਆ, ਬਾਕੀ ਸਾਰੇ ਕਟਿੰਗ ਵਾਲੇ ਨੇ, ਅਤੇ ਦਾਦੀ ਜੀ ਦੁਮਾਲਾ ਨਹੀਂ ਸਜਾਉਂਦੇ, ਦੁਮਾਲਾ ਮੈਂ ਹੀ ਸਜਾਉਂਦੀ ਹਾਂ। ਅਤੇ ਸੁਸਾਇਟੀ ਵਿੱਚ ਜਾਣਾ ਕਹਿ ਲਓ ਕਿ ਨਾਮੁਮਕਿਨ ਦੇ ਕਰੀਬ ਹੀ ਸੀਗਾ, ਕਿਉਂਕਿ ਅੱਜ ਕੱਲ੍ਹ ਦੀ ਸੁਸਾਇਟੀ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਲਿਆ ਗੀ। ਜੇ ਫੈਮਲੀ ਨੇ ਕਿਹਾ ਸੀਗਾ ਕਿ ਅੱਜ ਕੱਲ੍ਹ ਲੇਜ਼ਰ ਟ੍ਰੀਟਮੈਂਟ ਚੱਲਦੇ ਨੇ, ਲੇਜ਼ਰ ਟ੍ਰੀਟਮੈਂਟ ਕਰਵਾ ਲਾ, ਅਤੇ ਕਹਿ ਲਓ ਚਲੋ ਲੇਜ਼ਰ ਟ੍ਰੀਟਮੈਂਟ ਮੈਂ ਕਰਵਾ ਵੀ ਲੈਂਦੀ, ਅਤੇ ਆਪਣੀ ਮਰਿਆਦਾ ਵਿੱਚ ਨਹੀਂ ਹੈਗਾ। ਆਪਾਂ ਸੂਟ ਪਾ ਕੇ ਬਾਹਰ ਜਾਂਦੇ ਹਾਂ ਅਤੇ ਉਸ ਟਾਈਮ ਕਾਫੀ ਕਹਿ ਲਓ ਕਿ ਜਿਹੜੇ ਆਪਾਂ ਨੂੰ ਚਾਹੁਣ ਵਾਲੇ ਉਹ ਸਾਰੇ ਜਾਣੇ ਹੁੰਦੇ ਨੇ, ਕਹਿਣ ਕਿ ਸੈਲਫੀ ਲੈਣੀ ਹੈ, ਸੈਲਫੀ ਲੈਣੀ ਹੈ। ਅਤੇ ਮੈਂ ਆਪਣੇ ਆਪ ਨੂੰ ਬਾਹਰ ਨਾ ਲੈ ਕੇ ਜਾਣਾ, ਅਤੇ ਮੈਂ ਆਪਣਾ ਫੇਸ ਵੀ ਹਾਈਡ ਕਰ ਲਾਂ, ਹੈ ਨਾ, ਵੀ ਰੂਮ ਦੇ ਬਾਹਰ ਨਿਕਲਦੇ ਸਾਰ ਮੈਂ ਆਪਣਾ ਫੇਸ ਹਾਈਡ ਕਰ ਲੈਣਾ, ਵੀ ਕੋਈ ਮੈਨੂੰ ਵੇਖ ਨਾ ਲਵੇ। ਇੱਦਾਂ ਕਹਿ ਲਓ ਕਿ ਇੱਕ ਹਿਸਾਬ ਦਾ ਮੈਂ ਗੁਪਤ ਰਹਿਣਾ ਸ਼ੁਰੂ ਕਰਤਾ ਸੀਗਾ। ਕਿ ਕੁਦਰਤ ਵੱਲੋਂ ਇਹ ਨੂਰ ਹੈਗਾ ਬਖਸ਼ਿਆ ਹੋਇਆ ਮਹਾਰਾਜ ਨੇ, ਅਤੇ ਆਪਾਂ ਕਦੇ ਨਹੀਂ ਸੋਚਿਆ ਇਹ ਚੀਜ਼ ਬਾਰੇ ਕਿ ਮੇਕਅਪ ਕਰਕੇ ਕੀ ਹੋ ਜਾਊਗਾ। ਜਿਹੜੇ ਬੋਆਇਸ ਇਹਨਾਂ ਨੂੰ ਉਹਨਾਂ ਦੀ ਉਹ ਆਪ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਉਸ ਵੱਲ ਜਾਈਏ, ਠੀਕ ਆ। ਜੇ ਆਪਾਂ ਅੰਗਹੀਨ ਕੱਪੜੇ ਪਾ ਕੇ ਸੁਸਾਇਟੀ ਵਿੱਚ ਜਾਵਾਂਗੇ ਤਾਂ ਓਬੀਅਸਲੀ ਉਹਨਾਂ ਦਾ ਮਾਇੰਡ ਚੇਂਜ ਹੋਊਗਾ ਅਤੇ ਉਹ ਖਿੱਚੀ ਆਉਣਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੇਮਨਪ੍ਰੀਤ ਕੌਰ ਖੰਨਾ ਅਤੇ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ। ਅੱਜ ਤੁਹਾਨੂੰ ਇੱਕ ਐਸੀ ਰੂਹ ਨਾਲ ਮੈਂ ਕਹੂੰਗੀ, ਉਹਨਾਂ ਦਾ ਨਾਮ ਵੀ ਬੇਪਾਕ ਰੂਹ ਉਹਨਾਂ ਨੇ ਰੱਖਿਆ ਹੋਇਆ ਆ, ਅਤੇ ਮੈਂ ਐਸੀ ਰੂਹ ਨਾਲ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਜੋ ਅੱਜ ਕੱਲ੍ਹ ਮੈਂ ਕਹਿ ਰਹੀ ਹਾਂ ਵੀ ਗੁਰਸਿੱਖੀ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਅਲੋਪ ਹੋ ਰਹੀਆਂ ਨੇ, ਅਤੇ ਇਸ ਭੈਣ ਨੇ ਉਹ ਚੀਜ਼ਾਂ ਸਾਂਭ ਕੇ ਰੱਖੀਆਂ ਨੇ। ਸਾਡੇ ਨਾਲ ਭੈਣ ਨੇ ਅਕਸ਼ਦੀਪ ਕੌਰ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ, ਤੁਸੀਂ ਦੱਸੋ? ਵਧੀਆ। ਕਿੱਦਾਂ ਚੱਲ ਰਹੀ ਹੈ ਜ਼ਿੰਦਗੀ? ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਜੀ। ਹਾਂਜੀ। ਅੱਛਾ ਭੈਣ, ਮੈਂ ਇੱਕ ਗੱਲ ਪੁੱਛੂੰਗੀ, ਸੋਸ਼ਲ ਮੀਡੀਆ 'ਤੇ ਤੁਹਾਡਾ ਨਾਮ ਬੇਪਾਕ ਰੂਹ ਰੱਖਿਆ ਹੋਇਆ, ਉਹਦਾ ਮਤਲਬ ਕੀ ਹੈ? ਇਹ ਹੈ ਕਿ ਮੈਨੂੰ ਇੱਕ ਤਾਂ ਇਹ ਨੇਮ ਸੋਹਣਾ ਲੱਗਿਆ, ਉੱਤੋਂ ਹੈ ਵੀ ਯੂਨੀਕ, ਜਿਵੇਂ ਆਪ ਵੀ ਯੂਨੀਕ ਆ ਮਹਾਰਾਜ ਦੀ ਕਿਰਪਾ, ਹੈ ਨਾ, ਅਤੇ ਉੱਦਾਂ ਹੀ ਨੇਮ ਵੀ ਆਪਾਂ ਯੂਨੀਕ ਰੱਖ ਲਏ ਬੇਪਾਕ ਰੂਹ। ਅਤੇ ਇਹਦਾ ਮਤਲਬ ਕੀ ਹੁੰਦਾ ਬੇਪਾਕ ਰੂਹ ਦਾ? ਬੇਪਾਕ ਜਿਵੇਂ ਕਿ ਆਪਣੇ ਕੋਲ ਗੁਣ ਨਹੀਂ ਹੈਗਾ ਕੋਈ, ਹੈ ਨਾ, ਜੇ ਅਵਗੁਣ ਹੀ ਹੈਗੇ ਭਰੇ ਹੋਏ, ਅਤੇ ਮਹਾਰਾਜ ਨੇ ਇੱਕ ਗੁਣ ਬਖਸ਼ਿਆ, ਉਹਨੂੰ ਆਪਾਂ ਸਾਂਭ ਕੇ ਰੱਖਿਆ, ਉਹਦੇ ਕਰਕੇ ਆਪਾਂ ਇਹ ਨੇਮ ਬੇਪਾਕ ਰੂਹ ਰੱਖ ਲਿਆ। ਹਾਂਜੀ। ਤੁਸੀਂ ਪੂਰੇ ਅੰਮ੍ਰਿਤ ਛਕਿਆ ਹੋਇਆ ਤੁਸੀਂ ਦੱਸਿਆ, ਹੈ ਨਾ। ਗੱਲ ਕਰੀਏ ਪਰਿਵਾਰ ਦੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਵਿੱਚ ਗ੍ਰੈਂਡ ਪੇਰੈਂਟਸ ਨੇ, ਦਾਦਾ ਜੀ, ਦਾਦੀ ਜੀ, ਮੰਮਾ, ਪਾਪਾ, ਅਤੇ ਨਿੱਕਾ ਵੀਰ, ਅਤੇ ਅੰਮ੍ਰਿਤ ਵੀ ਮੈਂ ਇਕੱਲੀ ਨੇ ਅਤੇ ਦਾਦੀ ਜੀ ਨੇ ਛਕਿਆ ਹੋਇਆ, ਬਾਕੀ ਸਾਰੇ ਕਟਿੰਗ ਵਾਲੇ ਨੇ, ਅਤੇ ਦਾਦੀ ਜੀ ਦੁਮਾਲਾ ਨਹੀਂ ਸਜਾਉਂਦੇ, ਦੁਮਾਲਾ ਮੈਂ ਹੀ ਸਜਾਉਂਦੀ ਹਾਂ। ਹਾਂਜੀ। ਮਤਲਬ ਵੀ ਇੱਕ ਤੁਸੀਂ, ਹੈ ਨਾ, ਮੈਂ ਕਹੂੰਗੀ ਵੀ ਬੇਪਾਕ ਰੂਹ, ਤੁਸੀਂ ਸੱਚੀ ਦੁਨੀਆ ਤੋਂ ਹਟ ਕੇ ਹੋ, ਕਿਉਂਕਿ ਨਹੀਂ ਦੇਖਿਆ, ਹੈ ਨਾ, ਵੀ ਕੁੜੀ ਦੇ ਬੀਅਰਡ ਆਉਂਦੀ ਹੋਈ, ਅਤੇ ਤੁਸੀਂ ਇਸ ਚੀਜ਼ ਨੂੰ ਸਾਂਭਿਆ, ਮਤਲਬ ਕਦੋਂ ਤੋਂ ਇਹ ਸ਼ੁਰੂਆਤ ਹੋਈ, ਅਤੇ ਕਿੰਨੇ ਕੁ ਸਾਲ ਦੇ ਸੀ ਤੁਸੀਂ? ਮੈਂ ਉਸ ਟਾਈਮ 18 ਈਅਰਸ ਦੀ ਸੀਗੀ ਜਦੋਂ ਹੌਲੀ ਹੌਲੀ ਸ਼ੁਰੂਆਤ ਹੋਈ, ਅਤੇ ਇੱਦਾਂ ਕਹਿ ਲਓ ਕਿ ਜਿਸ ਟਾਈਮ ਮੈਂ ਇਸ ਦੀ ਸ਼ੁਰੂਆਤ ਹੋਈ, ਅਤੇ ਸੁਸਾਇਟੀ ਵਿੱਚ ਜਾਣਾ ਕਹਿ ਲਓ ਕਿ ਨਾਮੁਮਕਿਨ ਦੇ ਕਰੀਬ ਹੀ ਸੀਗਾ, ਕਿਉਂਕਿ ਅੱਜ ਕੱਲ੍ਹ ਦੀ ਸੁਸਾਇਟੀ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਲਿਆ ਕਿ ਕਿਸੇ ਗਰਲ ਦੇ ਬੀਅਰਡ ਆਵੇ, ਅਤੇ ਇੱਦਾਂ ਕਹਿ ਲਓ ਕਿ ਮਹਾਰਾਜ ਨੇ ਕਿਰਪਾ ਕੀਤੀ, ਅਰਦਾਸਾਂ ਬੇਨਤੀਆਂ ਕੀਤੀਆਂ, ਉੱਤੋਂ ਆਪਣਿਆਂ ਦਾ ਜਿਵੇਂ ਕਹਿ ਲਓ ਵੱਡੀ ਭੈਣ ਦਾ ਸਾਥ ਮਿਲਿਆ, ਅਤੇ ਫੈਮਲੀ ਵਿੱਚ ਕੋਈ ਸਪੋਰਟਿਵ ਨਹੀਂ ਸੀਗਾ, ਅਤੇ ਵੱਡੀ ਭੈਣ ਹੀ ਇਕੱਲਾ ਸਪੋਰਟ ਕਰਦੀ ਰਹੀ ਮੈਨੂੰ। ਅੱਛਾ, ਜਦ ਇਹ ਤੁਹਾਨੂੰ ਪ੍ਰੋਬਲਮ 18 ਸਾਲ ਤੋਂ ਤੁਹਾਨੂੰ ਪਤਾ ਲੱਗਿਆ, ਹੈ ਨਾ, ਸਕੂਲ 'ਚ ਜਾਂਦੇ ਹੋਊਗੇ, ਅਤੇ ਸਕੂਲ ਦੇ ਵਿੱਚ ਜਿਵੇਂ ਅਕਸਰ ਆਪਣੇ ਹੁੰਦਾ, ਹੈ ਨਾ, ਵੀ ਬੱਚੇ ਛੇੜਦੇ ਨੇ, ਮਜ਼ਾਕ ਕਰਦੇ ਨੇ, ਕਦੇ ਤੁਹਾਡੇ ਨਾਲ ਉਹ ਚੀਜ਼ ਵਾਪਰੀ ਹੈ? ਨਿੱਕੇ ਬੱਚੇ ਕਹਿ ਲਓ ਕਿ 5th ਦੇ ਤੱਕ ਬੱਚਿਆਂ ਨੇ ਮੇਰੇ ਨਾਲ ਮਜ਼ਾਕ ਕਰਨਾ, ਅਤੇ ਜਿਵੇਂ ਕਹਿ ਲਓ ਮੇਰੇ ਸਕੂਲਮੇਟਸ, ਇਹਨਾਂ ਨੇ ਕਦੇ ਮਜ਼ਾਕ ਨਹੀਂ ਕੀਤਾ ਹੈਗਾ, ਇਹ ਸਮਝਦੇ ਸੀਗੇ ਮੇਰੇ ਸਿਚੁਏਸ਼ਨ ਨੂੰ ਕਿ ਕੀ ਆ ਸਿਚੁਏਸ਼ਨ, ਅਤੇ ਉਹ ਹੈਗੇ ਵੀ ਸੀਗੇ ਗੁਰਸਿੱਖ ਫੈਮਲੀ ਦੇ ਵਿੱਚ ਸੀਗੇ ਸਾਰੇ। ਤੁਸੀਂ ਨਹੀਂ ਸੋਚਿਆ ਜਿਵੇਂ, ਹੈ ਨਾ, ਇੱਕ ਕੁੜੀਆਂ ਨੂੰ ਬੜਾ ਹੁੰਦਾ ਹੈ ਵੀ ਖੂਬਸੂਰਤੀ ਦਾ
ਮੰਨਿਆ ਜਾਂਦਾ ਵੀ ਕੁੜੀਆਂ ਨੂੰ ਕਿਹਾ ਜਾਂਦਾ ਵੀ ਸੋਹਣੀ ਬਣ ਕੇ ਰਹੋ, ਹੈ ਨਾ, ਵੀ ਲੋਕ ਤਾਂ ਮਤਲਬ ਉਹ ਹੁੰਦੇ ਨੇ, ਮਤਲਬ ਆਪਣੇ ਘਰ ਦੇ ਵੀ ਕਹਿੰਦੇ ਨੇ ਵੀ ਕੁੜੀ ਨੂੰ ਪਤਲੀ ਲੰਬੀ ਲੰਜੀ ਸੋਹਣਾ ਹੋਣਾ ਚਾਹੀਦਾ। ਕਦੇ ਤੁਸੀਂ ਨਹੀਂ ਇਹ ਚੀਜ਼ ਸੋਚੀ ਵੀ ਇਹ ਚੀਜ਼ ਖੂਬਸੂਰਤੀ ਦੇ ਵਿੱਚ ਉਹ ਕਰ ਰਹੀ ਹੈ? ਵੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਵਿਗਿਆਨ ਨੇ ਵੀ ਤਰੱਕੀ ਕੀਤੀ ਹੈ, ਵੀ ਡਾਕਟਰ ਵੱਲੋਂ ਤੁਸੀਂ ਕੁਛ ਇਹਦੀ ਸਰਜਰੀ ਕਰਵਾਓ? ਹਾਂਜੀ, ਫੈਮਿਲੀ ਨੇ ਕਿਹਾ ਸੀਗਾ ਕਿ ਅੱਜ ਕੱਲ੍ਹ ਲੇਜ਼ਰ ਟ੍ਰੀਟਮੈਂਟ ਚੱਲਦੇ ਨੇ, ਲੇਜ਼ਰ ਟ੍ਰੀਟਮੈਂਟ ਕਰਵਾ ਲਾ। ਅਤੇ ਕਹਿ ਲਓ ਚਲੋ ਲੇਜ਼ਰ ਟ੍ਰੀਟਮੈਂਟ ਮੈਂ ਕਰਵਾ ਵੀ ਲੈਂਦੀ, ਅਤੇ ਆਪਣੀ ਮਰਿਆਦਾ ਵਿੱਚ ਨਹੀਂ ਹੈਗਾ, ਅਤੇ ਪਲੱਸ ਫੇਸ ਵੀ ਖਰਾਬ ਹੋਣ ਦੇ ਚਾਂਸਿਸ ਸੀਗੇ, ਅਤੇ ਮੈਂ ਇਸ ਚੀਜ਼ ਨੂੰ ਨਹੀਂ ਵੇਖਿਆ ਹੈਗਾ। ਜੋ ਆਪਣੇ ਦਿਲੋਂ ਖੂਬਸੂਰਤੀ ਆ, ਕਹਿ ਲਓ ਜੇ ਆਪਣੀ ਸੀਰਤ ਸੋਹਣੀ ਹੈ ਤਾਂ ਆਪਣੀ ਸੂਰਤ ਵੀ ਸੋਹਣੀ ਹੋਊਗੀ। ਅਤੇ ਇਹ ਚੀਜ਼ ਨਾ ਮੈਂ ਹਮੇਸ਼ਾ ਹੀ ਆਪਣੇ ਨਾਲ ਰੱਖਦੀ ਹਾਂ, ਕਿਉਂਕਿ ਯੂਨੀਕ ਰਹਿਣਾ ਹੈ ਨਾ, ਅਤੇ ਯੂਨੀਕ ਹੀ ਹਰੇਕ ਚੀਜ਼ ਦੇ ਵਿੱਚ ਯੂਨੀਕਪਨ ਲੈ ਕੇ ਆਉਣਾ ਵਾ। ਅਤੇ ਕਈ ਵਾਰ ਫੀਲ ਵੀ ਹੁੰਦਾ ਰਿਹਾ ਕਿ ਯਾਰ ਮੈਂ ਸੋਹਣੀ ਵਿਖਾਂ ਸੋਹਣੀ ਵਿਖਾਂ, ਪਰ ਨਹੀਂ, ਮੈਂ ਜਦੋਂ ਉਹਨਾਂ ਸੁਸਾਇਟੀ ਵਿੱਚ ਜਾਣਾ ਨਾ, ਮੈਂ ਵੇਖਦੇ ਹੁੰਦੇ ਸੀ ਉਹਨਾਂ ਨੇ ਅੰਗਹੀਨ ਕੱਪੜੇ ਪਾਏ ਹੋਣ, ਅਤੇ ਇਹ ਚੰਗਾ ਨਹੀਂ ਲੱਗਦਾ ਹੈਗਾ ਨਾ। ਆਪਣੇ ਤਾਂ ਹੀ ਤਾਂ ਲੋਕ ਅਟਰੈਕਟ ਹੁੰਦੇ ਉਹਨਾਂ ਵੱਲ, ਅਤੇ ਆਪਾਂ ਇਸ ਚੀਜ਼ ਤੋਂ ਥੋੜ੍ਹਾ ਹਟ ਕੇ ਸੀਗੇ। ਅਤੇ ਯੂਨੀਕ ਹਰੇਕ ਚੀਜ਼ ਦੇ ਵਿੱਚ ਯੂਨੀਕ ਲੈ ਕੇ ਆਉਂਦਾ। ਅਤੇ ਬਾਕੀ ਕਹਿ ਲਓ ਮਹਾਰਾਜ ਨੇ ਕਿਰਪਾ ਕੀਤੀ, ਹੈ ਨਾ। ਭੈਣੇ ਮੰਨਦੇ ਹੋ ਇਹ ਗੱਲ ਵੀ ਪਰਮਾਤਮਾ ਦੀ ਤੁਹਾਡੇ 'ਤੇ ਸੱਚੀ ਇੱਕ ਕਿਰਪਾ ਆ, ਹੈ ਨਾ, ਵੀ ਘਰ ਦੇ ਤੁਹਾਡੇ ਮਤਲਬ ਛੇ, ਤੁਸੀਂ ਦੱਸਿਆ ਵੀ ਪਿਤਾ ਜੀ ਨੇ ਵੀ ਵਾਲ ਕਟਾਏ ਨੇ, ਭਰਾ ਨੇ ਵੀ, ਪਰ ਤੁਹਾਡੇ 'ਤੇ ਜਿਹੜੀ ਵਾਹਿਗੁਰੂ ਦੀ ਕਿਰਪਾ ਆ, ਖੁਸ਼ ਹੋ ਇਸ ਤੋਂ? ਬਹੁਤ ਹੈਪੀ ਹਾਂ ਜੀ, ਇਸ ਕਰਕੇ ਤਾਂ ਆਪਾਂ ਇਸ ਜਗ੍ਹਾ 'ਤੇ ਖੜ੍ਹੇ ਹੋਏ ਹਾਂ, ਨਹੀਂ ਤਾਂ ਮਿਲਦਾ ਇਹੀ ਕਾਰਨ ਅੱਜ ਤੁਹਾਨੂੰ ਅਸੀਂ ਮਿਲਣਾ ਆ। ਹਾਂਜੀ ਹਾਂਜੀ, ਇਹੀ ਕਾਰਨ ਹੈ ਜੀ। ਅਤੇ ਬਾਕੀ ਕਹਿ ਲਓ ਕਿ ਮਹਾਰਾਜ ਨੇ ਇੰਨੀ ਕੁ ਕਿਰਪਾ ਕੀਤੀ ਹੈ ਕਿ ਨਿੱਕੇ ਹੁੰਦੇ ਤੋਂ ਗੁਰੂ ਘਰ ਨਾਲ ਲਗਾਵ ਸੀਗਾ, ਸੇਵਾ ਕਰਨੀ, ਸਿਮਰਨ ਕਰਨਾ। ਅਤੇ ਚਲੋ ਫੈਮਿਲੀ ਉਹ ਸੀਗੇ ਪੰਜਾਬੀ, ਹੈ ਨਾ, ਆਪਾਂ ਸਾਰੇ ਸਰਦਾਰ ਹਾਂ, ਅਤੇ ਮਹਾਰਾਜ ਦੇ ਨਾਲ ਹੀ ਉਹਨਾਂ ਨੇ ਹਮੇਸ਼ਾ ਜੋੜ ਕੇ ਰੱਖਿਆ ਕਿ ਕੋਈ ਵੀ ਚੀਜ਼ ਕਹਿ ਲਓ, ਜਿਵੇਂ ਕਹਿ ਲਓ ਕਿ ਧਰਮ ਦੇ ਰਿਲੇਟਡ ਕੋਈ ਵੀ ਗੱਲ ਹੈ ਨਾ, ਉਹਨਾਂ ਨਾਲ ਸਾਡੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰਨੀ ਹਮੇਸ਼ਾ ਹੀ। ਮਤਲਬ ਇਹ ਤੁਹਾਨੂੰ 18 ਸਾਲ ਤੋਂ ਪਹਿਲਾਂ ਨਹੀਂ ਇਹ ਚੀਜ਼ ਦਾ ਕਦੇ ਪਤਾ ਲੱਗਿਆ ਵੀ ਤੁਹਾਡੇ ਜਿਹੜੀ ਹੇਅਰ ਗਰੋਥ ਹੈ ਫੇਸ 'ਤੇ ਹੋ ਰਹੀ ਹੈ, ਕੁਛ ਇੱਦਾਂ ਦਾ? ਕੁਛ ਹਾਰਮੋਨਸ ਦੀ ਪ੍ਰੋਬਲਮ ਵੀ ਕਹੀ ਜਾਂਦੀ ਹੈ, ਹੈ ਨਾ, ਕਈ ਕੁੜੀਆਂ ਹਾਰਮੋਨਸ ਦੀ ਦਵਾਈਆਂ ਦੀ ਵੀ ਹਾਰਮੋਨਸ ਇੰਬੈਲੈਂਸ ਹੁੰਦੇ ਆ ਗਰਲਸ ਦੇ ਵਿੱਚ, ਉਹ ਚੀਜ਼ ਨਾਲ ਤੁਸੀਂ ਨਹੀਂ ਫੇਸ ਕੀਤੀ? ਐਕਚੁਅਲੀ ਮੈਨੂੰ ਹਾਰਮੋਨਸ ਦੀ ਪ੍ਰੋਬਲਮ ਨਹੀਂ ਹੈ, ਮੈਨੂੰ ਹੈਗੀ PCOD ਦੀ ਪ੍ਰੋਬਲਮ। ਅਤੇ ਕਹਿ ਲਓ ਕਿ ਮੈਂ ਚਲੋ ਮਹਾਰਾਜ ਨੇ ਜਦੋਂ ਸਹੀ ਸਮਝਿਆ, ਅਤੇ ਉਸ ਟਾਈਮ ਇਹ ਜਿਹੜੀ ਬਿਮਾਰੀ ਲੱਗੀ ਹੋਈ ਇਹ ਵੀ ਹਟ ਜਾਣੀ, ਮੈਂ ਇਸ ਚੀਜ਼ ਨੂੰ ਬਿਮਾਰੀ ਸਮਝਦੀ ਨਹੀਂ ਹਾਂ। ਅਤੇ ਬਾਕੀ ਕਹਿ ਲਓ ਕਿ ਕਈ ਕਹਿੰਦੇ ਨੇ ਵੀ ਹਾਰਮੋਨਸ ਪ੍ਰੋਬਲਮ ਆ ਜੇ ਇੱਦਾਂ ਉੱਦਾਂ, ਹੈ ਨਾ, ਅਤੇ ਇੱਦਾਂ ਦਾ ਕੁਛ ਨਹੀਂ ਹੈਗਾ। ਅਤੇ ਮਤਲਬ ਇੱਕ ਗੱਲ ਮੈਂ ਹੋਰ ਕਹੂੰਗੀ, ਸੋਸ਼ਲ ਮੀਡੀਆ 'ਤੇ ਤੁਸੀਂ ਕਾਫੀ, ਹੈ ਨਾ, ਤੁਹਾਡੀਆਂ ਵੀਡੀਓਜ਼ ਮੈਂ ਦੇਖਦੀ ਹਾਂ, ਰੀਲਸ ਦੇ ਵਿੱਚ ਵਾਇਰਲ ਹੁੰਦੇ ਹਾਂ ਉੱਦਾਂ, ਪਰ ਗੱਲ ਕਰੀਏ ਆਪਣੇ ਸਮਾਜ ਦੀ, ਲੋਕ, ਮੈਂ ਕਹਿੰਦੀ ਹਾਂ, ਤੁਸੀਂ ਗੱਲ ਕੀਤੀ ਸੀ ਅੰਗਹੀਣ ਕੱਪੜਿਆਂ ਦੀ, ਹੈ ਨਾ, ਵੀ ਲੋਕ ਉਹਦੇ ਵੱਲ ਅਟਰੈਕਟਿਵ ਹੁੰਦੇ ਨੇ, ਪਰ ਆਪਣੇ ਲੋਕ ਮੈਂ ਕਹਿੰਦੀ ਹਾਂ ਉੱਦਾਂ ਦਾ ਦੇਖਣਾ ਗਿੱਝ ਗਏ ਨੇ, ਅਤੇ ਅਗਲੇ ਬੰਦਾ ਵੀ ਓਜਾ ਪਾਉਂਦਾ ਵੀ, ਹੈ ਨਾ, ਅਸੀਂ ਵਾਇਰਲ ਹੋਈਏ, ਪਰ ਤੁਸੀਂ, ਮੈਂ ਕਹਿੰਦੀ ਹਾਂ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਉਹ ਚੀਜ਼ ਜਿਹੜੀ ਹੈ ਕਾਇਮ ਰੱਖੀ ਹੋਈ ਹੈ, ਪਰ ਜਿਹੜੀ ਤੁਹਾਡੀ ਵੀਡੀਓ ਉਹਨੂੰ ਵੀ ਕਾਫੀ ਤੁਹਾਡੇ ਫੋਲੋਅਰਸ ਨੇ ਇੰਸਟਾਗ੍ਰਾਮ 'ਤੇ ਕਾਫੀ ਲਾਈਕ ਜਾਂਦੇ ਨੇ। ਐਕਚੁਅਲੀ ਜਿਵੇਂ ਦਾ ਆਪਾਂ ਪਹਿਰਾਵਾ ਰੱਖਾਂਗੇ ਉਵੇਂ ਦੇ ਹੀ ਲੋਕ ਆਪਾਂ ਨੂੰ ਵੇਖਣਾ ਪਸੰਦ ਕਰਨਗੇ। ਅੱਜ ਕੱਲ੍ਹ ਦੇ ਜਿਹੜੇ ਸੁਸਾਇਟੀ ਜਨਰੇਸ਼ਨ ਆ ਨਾ, ਉਹ ਸੋਹਣੇਪਨ ਨੂੰ ਵੇਖਣ ਦੇ ਵਿੱਚ ਬਹੁਤ ਵੀ ਇੱਦਾਂ ਸੋਚਦੀ ਹੈ, ਯਾਰ ਬੰਦਾ ਸੋਹਣਾ ਹੋਣਾ ਚਾਹੀਦਾ, ਜਾਂ ਫਿਰ ਉਹ ਗਰਲ ਸੋਹਣੀ ਹੋਣੀ ਚਾਹੀਦੀ ਆ ਜਿਹਦੇ ਨਾਲ ਮੈਂ ਵਿਆਹ ਕਰਾਉਣਾ, ਹੈ ਨਾ। ਅਤੇ ਮੈਂ ਇਹ ਸਮਝਦੀ ਹਾਂ ਜੇ ਆਪਾਂ ਉਸਦੇ ਦਿਲ ਵੇਖੀਏ, ਹੈ ਨਾ, ਅਤੇ ਉਹਦੀ ਸੂਰਤ ਨਾ ਵੇਖੀਏ, ਅਤੇ ਐਵੇਂ ਦਾ ਕੁਛ ਨਹੀਂ ਹੋ ਸਕਦਾ ਹੈਗਾ। ਅਤੇ ਪਰ ਅੱਜ ਕੱਲ੍ਹ ਲੋਕ ਸਮਝਦੇ ਨਹੀਂ ਇਸ ਚੀਜ਼ ਨੂੰ, ਠੀਕ ਹੈ। ਅਤੇ ਹਾਂ, ਸੁਸਾਇਟੀ ਜਿਵੇਂ ਕਹਿ ਲਓ, ਸੋਸਾਇਟੀ ਦੇ ਉੱਪਰ ਬਹੁਤ ਕੁਛ ਫੇਸ ਕੀਤਾ ਵਾ, ਆਪਾਂ ਵੀਡੀਓ ਵਾਇਰਲ ਕਰ ਦਿੰਦੇ ਹਾਂ, ਅਤੇ ਚਲੋ ਆਪਣੇ ਜਿਹੜੇ ਫੋਲੋਅਰਸ ਨੇ ਇਹੀ ਆਪਣੇ ਵੀਡੀਓਜ਼ ਨੂੰ ਵੇਖਦੇ ਆ, ਵਿਊਜ਼ ਦਿੰਦੇ ਨੇ, ਅਤੇ ਉਹਨਾਂ ਵਿੱਚੋਂ ਕਹਿ ਲਓ 100% ਲੋਕਾਂ ਵਿੱਚੋਂ 99% ਆਪਾਂ ਨੂੰ ਪੋਜ਼ਿਟਿਵ ਕੁਛ ਭੱਦੇ ਕਮੈਂਟ ਕਰਨ ਵਾਲੇ ਵੀ ਹੋਣਗੇ, ਕੁਛ ਬੈਡ ਕਮੈਂਟਸ ਵੀ ਕਰਦੇ ਨੇ, ਆ ਰੀਸੈਂਟਲੀ ਮੇਰੇ ਨਾਲ ਇਹ ਕੁਛ ਹੁੰਦਾ ਰਹਿੰਦਾ, ਅਤੇ ਮੈਂ ਕਦੇ ਵੀ ਇਸ ਚੀਜ਼ ਨੂੰ ਆਪਣੇ ਦਿਮਾਗ ਔਰ ਦਿਲ 'ਤੇ ਨਹੀਂ ਲੈ ਕੇ ਆਉਂਦਾ। ਮੈਂ ਕਹਿੰਦੀ ਹਾਂ ਲਾਉਣਾ ਵੀ ਨਹੀਂ ਚਾਹੀਦਾ, ਹੈ ਨਾ, ਬੰਦੇ ਦਾ ਹੌਂਸਲਾ ਹਮੇਸ਼ਾ, ਮੈਂ ਕਹਿੰਦੀ ਹਾਂ, ਵਧਾਉਣਾ ਚਾਹੀਦਾ, ਨਾ ਕਿ ਘਟਾਉਣਾ ਚਾਹੀਦਾ, ਮੰਨਦੇ ਹੋ? ਹਾਂਜੀ ਬਿਲਕੁਲ। ਇਹ ਜੇ ਤੁਸੀਂ ਕਹਿ ਲਓ, ਜੇ ਕਿਸੇ ਨੂੰ ਤੁਸੀਂ ਪੋਜ਼ਿਟਿਵ ਵਾਈਬਸ ਨਹੀਂ ਦੇ ਸਕਦੇ, ਜੇ ਕਿਸੇ ਨੂੰ ਤੁਸੀਂ ਮੋਟੀਵੇਟ ਨਹੀਂ ਕਰ ਸਕਦੇ, ਤਾਂ ਉਹਨੂੰ ਐਟਲੀਸਟ ਡੀਮੋਟੀਵੇਟ ਨਾ ਹੀ ਕਰੋ ਤਾਂ ਬੈਟਰ ਆ। ਹਾਂਜੀ, ਅਤੇ ਤੁਸੀਂ ਦੱਸਿਆ ਵੀ ਲੋਕਾਂ ਵੱਲੋਂ ਵੀ, ਹੈ ਨਾ, ਕਾਫੀ ਤੁਹਾਨੂੰ ਤਾਨੇ ਮਿਹਣੇ ਸੁਣਨੇ ਪਏ ਨੇ, ਘਰ ਦੇ ਵਿੱਚ ਕੋਈ ਇੱਦਾਂ ਦੀ ਗੱਲ ਹੋਈ ਹੋਵੇ ਜਾਂ ਕਿਸੇ ਫੰਕਸ਼ਨ 'ਤੇ ਗਏ ਹੋਵੋ ਵੀ ਤੁਹਾਨੂੰ ਉਹ ਚੀਜ਼ ਫੇਸ ਕਰਨੀ ਪਈ ਹੋਵੇ?
हाँ जी, 3-4 साल पहला ही अपने मैरिज सी फैमिली विच ही, तो पेरेंट्स कहते कि तू भी रिमूव करवा दे, लेजर ट्रीटमेंट करवा ला। तो मैं क्या, मैं नहीं करवाना है, बहुत पेन भी हों वा, तो मर्यादा भी नहीं आ, मैं नहीं, मैं एग्री ही नहीं सी इस चीज़ में लैके। हाँ जी, मतलब भी बाहर तुम निकले हो ना, अच्छे मोहाली में रह रहे हो, पढ़ाई कर रहे हो इतने। मोहाली शहर, चंडीगढ़ शहर मैं कहनी हूँ बड़ा एक खूबसूरती का मनिया जाता है ना, भी कुड़ियाँ खूबसूरती, तुम इतने रह रहे हो, लोगों ने कभी थोनू इतने थोनू वो चीज़ फेस करनी तो नहीं पई, जिवें तुम जाने हो पढ़ने लई जाने हो या तुम इतने रह रहे हो फ्लैट के? नहीं, मैनू इतने बहुत पॉजिटिव वाइब्स मिलिया ने, पॉजिटिव फ्रेंड्स मिले आ, जो हमेशा ही मैं मोटिवेट करते हैं। तो इनफैक्ट जिधर मैं स्टडी कर जाती हाँ है ना, चंडीगढ़, तो उत्थे भी सर सारे ही मैनू भी पॉजिटिव पॉजिटिविटी मिलती आ, तो एवं कित नहीं सी कि मैनू नैगेटिव वाइब्स मिलन ज डिमोटिवेट कर। किसी भुलेखा तो नहीं पाया भी कई बार तुम पब्लिक प्लेस से खड़े होवो भी है ना, थोनू भैन की जगह किसी ने कहता भी बाई गल सुनी, भी बाई गल सुनी, इदा कदे होया? ये तो होंगे रहा, इदा कह लो कि जे आप हूँ भी जाइए तो सरदार जी ज बाबा जी इदा तो कहते ही कहते ने, जवाब की हों इदा कहने ठीक है जी, क्योंकि उन्होंने उन्होंने इदा लगता कि यह भी सरदार है ना, तो आप भी कह लिए यार सरदार ही समझो, होर की हो सकता है ना। सूट वगैरह भी पाने? हाँ जी, सूट भी वीयर करते हैं। मतलब जब सूट पा के बाहर जाने होंगे तो लोग देखते हो गए है ना भी सूट पाया होया है, मतलब कई चंगी नज़र ना भी देखने वाले होंगे है ना, एक पॉजिटिविटी देने वाले लोग। हाँ जी, हाँ जी, बहुत कह लो कि जो आप सूट पा के बाहर जाने तो उस टाइम काफ़ी कह लो कि जेडे आप चाहन वाले वो सारे जाने होंगे ने, कह कि सैल्फी लैनी, सैल्फी लैनी, इदा बहुत कुछ होया, बहुत मतलब कि कई बार इदा मेरे ना हो चुके भी उन्होंने सैल्फी ली आ, तो बढ़िया लगता इदा भी फील हों कि हाँ यार मैं किसी नू भी मोटिवेट कर दी पी हाँ। अज दे समाज की गल करिए, जिदा आपने पहला भी गल की भी कुड़ियाँ मुंडे बड़े वो हो गए ने है ना, भी तुम उन्होंने एक मैं कहनी प्रेरणा हो भी है ना, कई जो गुरसिखी परिवार ना जुड़े हुए ने, कदे थोड़ा इस चीज़ तो मतलब जिदा है ना थोड़े ते भी लोगों ने ताने मेहने मारे होण, कदे इस चीज़ तो मन दुखी होया, मन भरिया भी हाँ भी कदे अके होवो? होया तो है, पर कह लो कि एक रूम के जो किसी टार दिया ना, मेरा वो हिसाब बन गया सीगा, तो मैं अपने आप को बाहर ना लेके जाना, तो मैं अपना फेस भी हाइड कर ला है ना, भी रूम के बाहर निकलते सार मैं अपना फेस हाइड कर लेना भी कोई मैं वेख ना लवे, इदा कह लो कि एक हिसाब का मैं गुप्त रहना शुरू करता सीगा। तो फिर मेरी एल्डर सिस्टर ने मैनू समझाना, हरेक दिन हरेक पल उन्हें मैनू समझाना, तो उदा साथ करके आपां हुण इत्थों अगे तक पहुँचे हाँ। अच्छा, जिदा धार्मिक फिल्मां भी बनदियां ने, धार्मिक गाने भी बनते हैं अक्सर सोहनी कुड़ी नूं देख के है ना, जे आपां दूजियां कुड़ियां दी गल करिए भी उन्हां नूं गाने या मूवीज़ दे विच ऑफर्स आउण लग जांदियां ने, कदे थोनूं इदां होया भी धार्मिक कोई फिल्म दा या गाने वालों ऑफर आई होवे? हाँ जी, सोंग्स वालों 2-3 बार मैनूं ऑफर आ गए सीगे, पर मैं एग्री ही नहीं सीगी, तो कह लो कि उदों थोड़ा फ्रस्ट्रेट रहना अपने आप नूं लैके कि नहीं यार मैं नहीं जाना कितें भी, मैं अपने आप नूं हाइड रख के रहना, पर मेरी भैन इदा ही समझाती सी क्यों हाइड करना, जो दिता महाराज ने दिती है कृपा की है फिर क्यों हाइड करना, तो इदा काउंसलिंग की लोड़ पई सी थोनू भी भैन? हाँ जी, बहुत ज़्यादा, इदा कह लो कि हरे मैं डिपेंड ही उसके उपर रहनी हमेशा ही डिपेंड, तो मैं उन्हें कभी भी डिमोटिवेट हो नहीं दिता है। हाँ जी, साढ़े नाल उन्हें वीड्डी भैन मौजूद ने, आप उन्होंने गल करते हैं। सत श्रीकाल भैन। सत श्रीकाल जी। की नाम है? इंद्रप्रीत कौर। मैनू एक गल पता लगी है भी सगिया भैणा नालों भी उत्ते हो पर सगिया भैणा नहीं हैगी है ना, भी तुम मैंने दस्या पहला मैंने लगे भी शायद तुम सगे हो, फिर तुम मैं दस्या मैं लुधियाने, मैं क्या की चक्कर हरियाणा लुधियाना किधर किदा मेल होया थोड़ा? बस इंस्टाग्राम से 3-4 साल पहला। हाँ जी हाँ जी हाँ जी, बस इदा ही गल्लां करते रहे, तो माता जी बस कृपा से इनू वड्डी भैन की लड़ सी, मैंने छोटी भैन की लड़ सी, तो माता जी मिलाने वाले ने, तो अज असी इत्थे तक हैगे दोवें जणियां। इन्होंने दस्या भी मैनू हमेशा हौसला जिहड़ी मेरी वड्डी भैण दिंदी है, मतलब कि हौसला तुसी दिंदे हो, किदां लगदा है वी एक छोटी भैण नूं समझाउणा, एक मैं कहनी हां मां दा रूप ही हुंदा जी भैन वड्डी भैण नूं है ना? जी जी जी, बहुत कुछ देखदी सी इह, मैनू इहने आ के दसणा भी इंदर है ना इदां इदां, ते मैं हौसला दे जाणा नहीं यार कोई गल नहीं मैं तेरे नाल खड़ी हां ना,
ਤੈਨੂੰ ਕਿਸੇ ਚੀਜ਼ ਡਰ ਹੀ ਨਹੀਂ ਹੈਗਾ। ਮੈਂ ਕਿਹਾ ਤੂੰ ਮੈਂ ਖੜੀ ਹਾਂ, ਸਮਝ ਲਾ ਇੱਕ ਢਾਲ ਖੜੀ ਹੈ ਤੇਰੇ ਅੱਗੇ ਰੋਕਣ ਵਾਲੀ, ਅਤੇ ਬਸ ਫਿਰ ਇੱਦਾਂ ਚੱਲਦਾ ਰਿਹਾ ਸਾਡਾ। ਹੁਣ ਤੁਸੀਂ ਹੁਣ ਵੀ ਆਏ ਹੋਏ ਇਹਨਾਂ ਕੋਲ, ਹੈ ਨਾ, ਇੱਕ ਤੁਸੀਂ ਮੈਂ ਕਾਫੀ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ ਨੇ, ਤੁਸੀਂ ਗੱਤਕਾ ਵੀ ਹੈ ਨਾ ਖੇਡਦੇ ਹੋ, ਉਹ ਉੱਧਰ ਕਿੱਦਾਂ ਇੰਟਰਸਟ ਬਣਿਆ ਤੁਹਾਡਾ? ਬਸ ਇਹ ਮੈਂ ਨਾ ਯੂਟਿਊਬ ਦੇ ਉੱਪਰ ਸ਼ੋਰਟ ਮੂਵੀਜ਼ ਵੇਖਿਆ ਕਰਦੇ ਸੀ ਪੰਜਾਬੀ ਦੇ ਵਿੱਚ, ਅਤੇ ਕਾਫੀ ਮੈਨੂੰ ਉਹਦੇ ਵਿੱਚੋਂ ਇੰਸਪੀਰੇਸ਼ਨ ਮਿਲੀ ਯਾਰ ਮੈਂ ਗੱਤਕਾ ਵੀ ਖੇਡਣਾ। ਕੁਛ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਜ਼ਰੂਰਤ ਪੈ ਸਕਦੀ ਆ, ਅਤੇ ਜੇ ਮੇਰਾ ਸ਼ੌਂਕ ਸੀਗਾ ਕਿਉਂਕਿ ਮੈਂ ਹਰਿਆਣੇ ਰਹਿੰਦੀ, ਹਰਿਆਣੇ ਵਿੱਚ ਨਹੀਂ ਹੈਗਾ, ਅਤੇ ਇੱਧਰ ਮੋਹਾਲੀ ਆਏ ਆ, ਮੋਹਾਲੀ ਵਿੱਚ ਮੇਰੇ ਉਸਤਾਦ ਜੀ ਆ ਸਤਪਾਲ ਸਿੰਘ ਬਾਗੀ, ਉਹਨਾਂ ਨਾਲ ਕੰਟੈਕਟ ਹੋਇਆ, ਉਹਨਾਂ ਨੇ ਮੈਨੂੰ ਸਿਖਾਇਆ। ਇੱਕ ਹਰਿਆਣੇ ਦੀ ਗੱਲ ਕਰੀਏ, ਕਰਨਾਲ ਦੇ ਵਿੱਚ ਇੱਕ ਟੀਮ ਗਈ ਸੀਗੀ ਇੰਡੀਆ ਹੋਕੀ ਦੀ, ਨਹੀਂ ਗੱਤਕਾ ਦੀ, ਕਰਨਾਲ ਦੇ ਵਿੱਚੋਂ ਗਈ ਸੀਗੀ, ਬਖਸ਼ੀਸ਼ ਸਰ ਸੀਗੇ ਕੋਈ ਲੈ ਕੇ ਗਏ ਸੀਗੇ, ਅਤੇ ਉਹ ਜਿਹੜਾ ਕਲਰਸ 'ਤੇ ਆਉਂਦਾ ਸੀ ਇੰਡੀਆ ਗੋਟ ਟੈਲੈਂਟ, ਉਹਦੇ ਵਿੱਚ ਪਰਫੋਰਮ ਕਰਕੇ ਆਏ ਸੀਗੇ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ, ਕਰਨਾਲ ਦਾ ਮੈਂ ਦੇਖਿਆ ਸੀਗਾ। ਤੁਸੀਂ ਵੈਸੇ ਕੀ ਕਰਦੇ ਹੋ ਭੈਣ? ਮੈਂ ਐਜ਼ ਅ ਜੋਬ ਹੀ ਕਰਦੀ ਹਾਂ, ਟੀਚਰ ਹਾਂ ਗੱਤਕੇ ਦੀ ਮੈਂ। ਹਾਂਜੀ ਹਾਂਜੀ ਹਾਂਜੀ। ਕਦੇ ਵੱਡੀ ਭੈਣ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਆ, ਜਾਂ ਵੱਡੀ ਭੈਣ ਨੇ ਕਦੇ ਰੋਕਿਆ ਵੀ ਨਹੀਂ ਆ ਗਲਤ ਕਰ ਰਹੇ ਹੋ, ਇੱਦਾਂ ਨਹੀਂ ਇੱਦਾਂ ਕਰਨਾ? ਹਾਂਜੀ ਬਹੁਤ ਵਾਰ, ਅਤੇ ਮੈਨੂੰ ਆਉਂਦਾ ਨਹੀਂ ਸੀਗਾ ਕਿਉਂਕਿ ਇਹਨਾਂ ਦੀ ਟੀਮ ਕਹਿ ਲਓ ਥੋੜ੍ਹੀ ਜਿਹੀ ਅਲੱਗ, ਹੈ ਨਾ, ਵੀ ਹਰੇਕ ਟੀਮ ਦੇ ਅਲੱਗ ਅਲੱਗ ਹੁੰਦੇ ਨੇ, ਅਤੇ ਬਾਅਦ ਵਿੱਚ ਜਦੋਂ ਮੈਂ ਇੰਨਾ ਪਰਸਨਲੀ ਮਿਲੀ ਹਾਂ ਜਾ ਕੇ ਇਹਦੇ ਨਾਲ ਖੇਡਿਆ, ਪਰ ਮੈਨੂੰ ਸਾਰਾ ਕੁਛ ਸੇਮ ਜਿਹਾ ਲੱਗਿਆ ਕਿਉਂਕਿ ਆ ਹੀ ਗਿਆ ਸੀ ਆਲਮੋਸਟ, ਜਿਹੜਾ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਅਟੈਕ ਕਰੋ ਪਰ ਅਟੈਕ ਰੋਕਣਾ ਹੋਣਾ ਚਾਹੀਦਾ, ਠੀਕ ਹੈ। ਅਤੇ ਮੈਨੂੰ ਕਾਫੀ ਟਿਪਸ ਮਿਲੀ ਆ, ਹੈ ਨਾ, ਕਿ ਮੈਂ ਹੋਰ ਇੰਪਰੂਵ ਕਰਾਂ ਆਪਣੇ ਆਪ। ਵੱਡੀ ਭੈਣ ਨੇ ਇੱਕ ਟੈਲੈਂਟ ਵੀ ਤੁਹਾਨੂੰ ਹੋਰ ਹੋਰ ਨਾਲ ਸਿਖਾਇਆ, ਹੈ ਨਾ? ਹਾਂਜੀ ਹਾਂਜੀ ਬਿਲਕੁਲ। ਕੁੜੀਆਂ ਦੇਖਦੇ ਹਾਂ ਆਪਣੇ ਆਪ ਨੂੰ ਸੋਹਣਾ ਕਰਨ ਲਈ ਬਹੁਤ ਕੁਛ ਕਰਦੀਆਂ ਨੇ, ਮੇਕਅਪ ਵੀ ਕਰਦੀਆਂ ਨੇ, ਹੈ ਨਾ, ਕਈ ਗੁਰਸਿੱਖੀ ਦੇ ਵਿੱਚ ਹੋ ਕੇ ਅੰਮ੍ਰਿਤ ਛੱਕ ਕੇ ਮੇਕਅਪ ਕਰਦੇ ਨੇ, ਚਲੋ ਮੈਂ ਇਹ ਨਹੀਂ ਕਹਿੰਦੀ ਵੀ ਉਹ ਚੀਜ਼ ਗਲਤ ਹੈ, ਪਰ ਤੁਸੀਂ ਨਹੀਂ ਕਦੇ ਸੋਚਿਆ ਵੀ ਹਾਂ ਮੈਂ ਮੇਕਅਪ ਕਰਾਂ ਜਾਂ ਇੱਦਾਂ? ਨਹੀਂ ਮੈਂ ਕਦੇ ਨਹੀਂ ਸੋਚਿਆ ਹੈਗਾ, ਅਤੇ ਕਹਿ ਲਓ ਕਿ ਕੁਦਰਤ ਵੱਲੋਂ ਇਹ ਨੂਰ ਹੈਗਾ ਬਖਸ਼ਿਆ ਹੋਇਆ ਮਹਾਰਾਜ ਨੇ, ਅਤੇ ਆਪਾਂ ਕਦੇ ਨਹੀਂ ਸੋਚਿਆ ਇਹ ਚੀਜ਼ ਬਾਰੇ ਕਿ ਮੇਕਅਪ ਕਰਕੇ ਕੀ ਹੋ ਜਾਊਗਾ ਜਦੋਂ ਤੁਸੀਂ ਸ਼ੁਰੂ ਤੋਂ ਹੀ ਸਿਰ ਤੋਂ ਤੁਸੀਂ ਆਪਣੀ ਸਵਾਰ ਲਓ, ਹੈ ਨਾ। ਇਹ ਚੀਜ਼ ਕਾਫੀ ਮੈਂ ਸੋਚੀ ਸੀਗੀ ਆਪਣੇ ਮਾਇੰਡ ਦੇ ਵਿੱਚ ਕਿ ਮੇਕਅਪ ਨਹੀਂ ਕਰਨਾ ਹੈਗਾ, ਅਤੇ ਜਿਵੇਂ ਹੈਗੇ ਹਾਂ ਆਪਾਂ ਉਵੇਂ ਰਹਿਣਾ। ਹਰ ਇੱਕ ਕੁੜੀ ਨੂੰ ਹੁੰਦਾ, ਹੈ ਨਾ, ਘਰਦਿਆਂ ਨੂੰ ਵੀ ਹੁੰਦਾ ਵੀ ਕੁੜੀ ਦਾ ਵਿਆਹ ਕਰਨਾ, ਤੁਸੀਂ ਸੋਚਿਆ ਹੋਊਗਾ ਵੀ ਵਿਆਹ ਕਰਨਾ। ਪਿੱਛੇ ਜਿਹੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਕੁੜੀ ਅੱਖਾਂ ਤੋਂ ਦਿਖਦਾ ਨਹੀਂ ਸੀਗਾ, ਬਹੁਤ ਸੋਹਣੀ ਕੁੜੀ ਸੀ ਅਤੇ ਉਹ ਗੁਰਬਾਣੀ ਇੱਦਾਂ ਦੇਖ ਕੇ ਪੜ੍ਹਦੀ ਸੀ, ਅਤੇ ਉਹਨੂੰ ਵੀ ਗੁਰਸਿੱਖ ਪਰਿਵਾਰ ਵਿੱਚੋਂ ਇੱਕ ਮੁੰਡਾ ਆਇਆ ਅਤੇ ਵਿਆਹ ਕੀਤਾ। ਤੁਸੀਂ ਇੱਦਾਂ ਸੋਚਿਆ ਹੋਇਆ ਵੀ ਵਿਆਹ ਕਰਵਾਉਣਾ ਹੈ, ਕਦ ਜਾ ਕੇ ਵਿਆਹ ਕਰਵਾਉਣਾ? ਘਰਦਿਆਂ ਵੱਲੋਂ ਕੋਈ ਪ੍ਰੈਸ਼ਰ ਤਾਂ ਨਹੀਂ ਵੀ ਵਿਆਹ ਕਰਨਾ? ਕਿਉਂਕਿ ਵਿਆਹ ਲਈ ਕਿਹਾ ਜਾਂਦਾ ਵੀ ਕੁੜੀਆਂ ਨੂੰ ਸੋਹਣਾ ਦੇਖਣਾ ਜ਼ਰੂਰੀ ਹੁੰਦਾ, ਆਪਣੇ ਸਮਾਜ ਦੀ ਇਹ ਉਹ ਆ, ਇੱਦਾਂ ਨਹੀਂ ਸੋਚਿਆ ਕਦੇ? ਨਹੀਂ, ਚਲੋ ਮੈਰਿਜ ਤਾਂ ਕਰਵਾਉਣੀ ਆ, ਪਰ ਫੈਮਿਲੀ ਕਹਿੰਦੇ ਕਿ ਜਦੋਂ ਤੁਸੀਂ ਆਪਣੇ ਸਟੈਂਡ 'ਤੇ ਖੜ੍ਹੇ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਤੁਹਾਡੀ ਮੈਰਿਜ ਨਹੀਂ ਕਰਾਵਾਂਗੇ। ਵੀ ਤੁਸੀਂ ਆਪਣਾ ਜੋ ਏਮ ਚੋਇਸ ਕੀਤਾ ਹੋਇਆ, ਤੁਸੀਂ ਜਦੋਂ ਤੱਕ ਉਹਦੇ ਵਿੱਚ ਸਕਸੈਸ ਨਹੀਂ ਹੁੰਦੇ ਹੈਗੇ, ਪੂਰਾ ਨਹੀਂ ਕਰਦੇ ਹੈਗੇ ਉਸ ਟਾਈਮ, ਉਦੋਂ ਤੱਕ ਤੁਹਾਡੀ ਮੈਰਿਜ ਇੰਪੋਸੀਬਲ ਆ। ਮਤਲਬ ਇਹ ਵੀ ਸੋਚਿਆ ਹੋਊਗਾ ਵੀ ਗੁਰਸਿੱਖ ਮੁੰਡੇ ਨਾਲ ਹੀ ਵਿਆਹ ਕਰਾਉਣਾ, ਹੈ ਨਾ? ਹਾਂਜੀ ਹਾਂਜੀ, ਗੁਰਸਿੱਖ ਪਰਿਵਾਰ ਹੋਵੇ, ਗੁਰਸਿੱਖ ਹੀ ਸਿੰਘ ਹੋਵੇ, ਅਤੇ ਉਹਦੇ ਨਾਲ ਹੀ ਮੈਰਿਜ ਹੋਵੇ ਮੇਰੀ। ਹਾਂਜੀ, ਦੇਖ ਰਹੇ ਦਰਸ਼ਕਾਂ ਨੂੰ ਭੈਣੇ, ਕਈ ਕੁੜੀਆਂ ਨੇ ਜਿਨ੍ਹਾਂ ਦੇ ਅੱਜ ਕੱਲ੍ਹ ਦਿਮਾਗ ਭਟਕੇ ਪਏ ਨੇ, ਹੋਰ ਪਾਸੇ ਚੱਲ ਰਹੇ ਨੇ, ਕੀ ਸੰਦੇਸ਼ ਦੇਣਾ ਚਾਹੋਗੇ? ਬਸ ਉਹਨਾਂ ਭੈਣਾਂ ਨੂੰ ਬੇਨਤੀ ਹੈ ਕਿ ਕੋਈ ਫਾਇਦਾ ਨਹੀਂ ਆ, ਨਾ ਵੀ ਤੁਸੀਂ ਕਿਸੇ ਨੂੰ ਡੀਮੋਟੀਵੇਟ ਕਰੋ, ਜਾਂ ਫਿਰ ਤੁਸੀਂ ਫੈਸ਼ਨ ਵੱਲ ਜਾਵੋ, ਅੰਗਹੀਨ ਕੱਪੜੇ ਪਾਓ, ਤੁਸੀਂ ਪ੍ਰੋਪਰ ਆਪਣੇ ਆਪ ਨੂੰ ਕਵਰ ਰੱਖੋ, ਕਿਉਂਕਿ ਅੱਜ ਕੱਲ੍ਹ ਜਿਹੜੇ ਬੋਆਇਸ ਹਨ ਨਾ, ਉਹਨਾਂ ਦੀ ਉਹ ਆਪ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਉਸ ਵੱਲ ਜਾਈਏ, ਠੀਕ ਆ। ਜੇ ਆਪਾਂ ਅੰਗਹੀਨ ਕੱਪੜੇ ਪਾ ਕੇ ਸੋਸਾਇਟੀ ਵਿੱਚ ਜਾਵਾਂਗੇ ਤਾਂ ਓਬਵੀਅਸਲੀ ਉਹਨਾਂ ਦਾ ਮਾਇੰਡ ਚੇਂਜ ਹੋਊਗਾ ਅਤੇ ਉਹ ਖਿੱਚੇ ਆਉਣਗੇ, ਠੀਕ ਆ। ਬਸ ਕਹਿੰਦੇ ਸ਼ਾਇਦ ਕ੍ਰਾਈਮ ਰੇਟ ਜਿਹੜੇ ਨੇ ਕੁਛ ਇੱਦਾਂ ਵੱਧ ਰਹੇ ਨੇ, ਹੈ ਨਾ। ਆਪਾਂ ਚਲੋ ਮੈਂ ਵੀ ਇੱਕ ਕੁੜੀ ਹਾਂ, ਤੁਸੀਂ ਵੀ ਇੱਕ ਕੁੜੀ, ਆਪਾਂ ਨੂੰ ਕਹਿਣਾ ਨਹੀਂ ਚਾਹੀਦਾ, ਪਰ ਸੱਭਿਆਚਾਰ ਹੈ ਜਿਹੜਾ ਅਲੋਪ ਹੋਈ ਜਾ ਰਿਹਾ ਆਪਣੇ ਗੁਰਸਿੱਖ ਫੈਮਿਲੀਜ਼ ਦੇ ਵਿੱਚੋਂ। ਹਾਂਜੀ, ਬਹੁਤ ਜ਼ਿਆਦਾ ਅਲੋਪ ਹੋ ਰਿਹਾ, ਕਿਉਂਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਹ ਨਹੀਂ ਰਹਿਣਾ ਹੈਗਾ, ਠੀਕ ਹੈ। ਅਤੇ ਆਪਾਂ ਇਹ ਚਾਹੁੰਦੇ ਹਾਂ ਕਿ ਜਿੰਨਾ ਹੋ ਸਕੇ ਆਪਾਂ ਉਹਨਾਂ ਨੂੰ ਇਸ ਪਾਸੇ ਲੈ ਕੇ ਆਈਏ ਕਿ ਉਹ ਗੁਰਸਿੱਖ ਹੋਣ, ਠੀਕ, ਸਿੰਘ ਸੱਜਣ, ਅਤੇ ਇੱਦਾਂ ਵੀ ਵਾਂਝੇ ਨਾ ਰਹਿ ਜਾਣ ਆਪਣੇ ਸਿੱਖ ਤੋਂ, ਸਿੱਖੀ ਨੂੰ ਕੰਟੀਨਿਊ ਰੱਖੀਏ। ਸਮੇਂ ਸਮੇਂ ਸਿਰ ਤੁਹਾਨੂੰ ਇੱਦਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼, ਇੱਦਾਂ ਇੱਦਾਂ ਦੇ ਬੇਪਾਕ ਰੂਹਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਮੈਨੂੰ ਹੀ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।